ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ। ਅਤੇ ਬੜੇ ਦਿਨ ਹੋ ਗਏ ਆਪਾਂ ਵਲੋਗ ਨਹੀਂ ਪਾਇਆ। ਵਲੋਗ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਵੀ ਸ਼ਹੀਦੀ ਦਿਹਾੜੇ ਚੱਲਦੇ ਪਏ ਕਰਕੇ ਨਹੀਂ ਪਾਇਆ। ਅਤੇ ਹੁਣ ਆਉਣਗੇ ਵਲੋਗ, ਅਤੇ ਚਲੋ ਕਰਦੇ ਹਾਂ ਸਟਾਰਟ। ਆਪਾਂ ਇਹ ਪਿੰਡ ਘੁੰਮਣ ਫਿਰਨ ਛੁੱਟੀਆਂ ਦੇ ਵਿੱਚ, ਅਤੇ ਅਸੀਂ ਸੋਚਿਆ ਚਲੋ ਜਿੰਨੇ ਦਿਨ ਵੀਡੀਓ ਨਹੀਂ ਪੈਂਦੀਆਂ ਉਨੇ ਦਿਨ ਅਸੀਂ ਘੁੰਮ ਫਿਰ ਹੀ ਆਉਂਦੇ ਹਾਂ। ਅਤੇ ਆਪਾਂ ਪਿੰਡ ਆਏ ਅਤੇ ਮਿਲਾਉਂਦੇ ਤੁਹਾਨੂੰ ਮਾਨੂ ਨਾ ਮਾਨੂ ਜੀ ਸਾਰਿਆਂ ਨੂੰ। ਹੋਰ ਸੁਣਾਓ ਫਿਰ, ਕੀ ਹਾਲ ਚਾਲ? ਆਪਣਾ ਵਧੀਆ। ਤੇ ਚਾਚਾ ਸਾਡਾ ਆਇਆ ਹੁਣ ਸਾਡੇ ਕੋਲ ਦੋ ਤਿੰਨ ਦਿਨ ਰਹਿਣ, ਬੜਾ ਜ਼ੋਰ ਲਾਇਆ। ਪਹਿਲਾਂ ਆਉਂਦੇ ਐਤਵਾਰ ਆਉਣਾ ਵਾ, ਫਿਰ ਐਤਵਾਰ ਨਹੀਂ ਆਏ, ਫਿਰ ਆਉਂਦੇ ਕੱਲ੍ਹ ਆਵਾਂਗੇ ਸੋਮਵਾਰ ਸ਼ਾਮਾਂ ਨੂੰ, ਬਿਲਕੁਲ ਵਧੀਆ ਵਾ, ਬਿਲਕੁਲ ਠੀਕ ਠਾਕ ਪੂਰੇ ਸਰਦੀਆਂ ਚ। ਠੀਕ ਆ। ਤੇ ਵੱਡਾ ਗਿਆ ਆ ਟਿਊਸ਼ਨ, ਉਹ ਵੀ ਆਉਂਦਾ ਤੇ ਮਿਲਾਉਣੇ ਆ। ਤੇ ਇੱਧਰ ਸੁਮਨ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਖਲਾਰਾ ਪਾ ਕੇ ਬੈਠੀ, ਇਹ ਪਿੰਡ ਆਈ ਹੈ ਤੇ ਸਾਰਾ ਖਲਾਰਾ ਪਾਇਆ ਇਹਨੇ ਬੈੱਡ ਬੁੱਡ ਖੋਲ ਕੇ। ਇਹ ਤੇਰੇ ਵਿਆਹ ਦੀ ਚੁੰਨੀ? ਵਿਆਹ ਦੀ ਚੁੰਨੀਆਂ ਚੁੰਨੀਆਂ ਰਹਿ ਗਈਆਂ। ਸੋਹਣੀਆਂ ਚੀਜ਼ਾਂ ਨਾ ਰਹਿ ਜਾਂਦੀਆਂ, ਮੁੜ ਕੇ ਪਏ ਪਾਇਆ ਨਹੀਂ ਜਾਂਦਾ। ਮੋਟੋ ਮਜੰਟਾ ਸਾਰੀਆਂ ਵਿਆਹ ਦੀਆਂ ਇਹ ਇਦਾਂ ਰਹਿ ਜਾਂਦੀਆਂ ਪਈਆਂ। ਮੇਰੀ ਰੀਝ ਵੀ ਨਹੀਂ ਲੱਥੀ, ਮੈਨੂੰ ਕਮੀਜ਼ ਹੀ ਉੱਚੇ ਹੋ ਗਏ, ਉਹਦਾ ਰਿਵਾਜ਼ ਹੀ ਉੱਚਾ ਕਮੀਜ਼ਾਂ ਦਾ। ਹੁਣ ਜਦੋਂ ਹੁਣ ਨੀਵੇਂ ਆ ਗਏ, ਹੁਣ ਮੇਰਾ ਪਾਉਣ ਨੂੰ ਨਹੀਂ ਦਿਲ ਕਰਦਾ। ਹੁੰਦੀ ਇਹਦੇ ਨਾਲ ਸੂਟ ਬਣਾ ਦੇ। ਨਹੀਂ ਸੋਹਣੀਆਂ ਨੇ, ਮੈਂ ਕਦੋਂ ਕਿਹਾ ਨਹੀਂ ਸੋਹਣੀਆਂ। ਦੀਦੀ ਸੋਹਣੀਆਂ ਨਾ ਨਾ ਕਹੋ, ਸੂਟ ਵੀ ਨਾਲ ਬਣਾ ਦੇ ਨਾ। ਅੱਗੇ ਤੇ ਨਹੀਂ ਸੂਟ ਬਣਾਏ ਨਹੀਂ ਤੂੰ। ਜਦ ਰੀਝ ਹੁੰਦੀ ਆ ਜਿੰਨੇ ਆਉਣਾ ਉਹਨੇ ਥੋੜੇ। ਆ ਮੇਰਾ ਸਗਨ ਦਾ ਸੂਟ ਹੀ ਗਿਆ। ਸਗਨ ਲੱਗਾ ਕੌਣ ਲਾ ਗਿਆ? ਮੈਂ ਜਾਣਾ ਨਹੀਂ ਜਾਣੀ ਘਰ ਦੇ ਦੀਦੀ ਹੋਣੀ। ਕਿੰਨੀਆਂ ਕੁ ਚੁੰਨੀਆਂ ਤੇਰੇ ਕੋਲ? ਅਣਗਿਣਤ ਅਣਗਿਣਤ ਇਨਫਿਨਿਟੀ ਜਿਹਨੂੰ ਆਉਂਦੇ ਆਪਾਂ ਇੰਗਲਿਸ਼, ਉਹ ਕਹਿੰਦੀ ਇਨਫਿਨਿਟੀ ਅਣਗਿਣਤ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਗਿਣ ਨਹੀਂ ਸਕਦੇ। ਵਿਆਹ ਤੋਂ ਬਾਅਦ ਲੰਮੀ ਹੋਈ ਹੈ, ਵਿਆਹ ਤੋਂ ਬਾਅਦ ਤੋਂ ਲੰਮੀ ਹੋਈ ਤੂੰ ਬਸ ਪਿੰਡ ਇਹੋ ਵੇਖਣ ਆਈ ਆ ਵੀ ਕਿੰਨੀਆਂ ਚੁੰਨੀਆਂ ਪਈਆਂ ਤੇ ਕਿੰਨੇ ਸੂਟ ਬਣਾਉਣੇ ਨਾਲ। ਮੈਂ ਤਿਆਰੀ ਕਰਨ ਦੀ ਸਾਰੀਆਂ ਇਕੱਠੀਆਂ ਕਰਨ ਦੀ ਆ ਤੇ ਖੜ ਕੇ ਬਣਾਉਣੇ ਤੇ
ਜੋ ਆਪਾਂ ਕਰ ਗਿਆ ਤਾਂ ਰਹਿਣ ਦੇ ਜਿੱਥੇ ਪਈਆਂ ਹੈ ਕਿਉਂ ਮਨੂੰ ਨਹੀਂ ਨਹੀਂ ਬਣਾ ਦੋ ਦਿਨ ਤੇ ਬਣਾ ਕੇ ਦੋ ਮਨ ਨੂੰ ਵੇਲਾ ਲੱਗ ਗਿਆ ਤੇ ਕੀ ਲੱਗੀ ਜਿਹੜਾ ਚਮਚਾ ਬਣਿਆ ਉਹਦਾ ਚਮਚਾ ਬਣਿਆ ਦੋ ਦਿਨ ਤੇ ਬਣਾ ਕੇ ਦੋ ਤੇ ਚਮਚਾ ਹੀ ਹੈ ਫਿਰ ਚਾਰੀਆਂ ਕਿਦਾਂ ਨੱਚੀਆਂ ਅੱਗੇ ਤੇ ਕੋਈ ਹੈ ਨਹੀਂ ਤੇ ਕਰਦੀ ਹੀ ਇਹਨਾਂ ਨਾਲ ਦੇ ਸੂਟ ਮਤਲਬ ਗਿੱਚ ਹੋ ਗਏ ਉੱਤੇ ਪਏ ਖਰੇ ਤੁਹਾਨੂੰ ਮਿਲਾਉਂਦੇ ਆ ਆਪਣੀਆਂ ਦੇਵੀਆਂ ਦੋ ਆਹ ਵੱਡੀ ਭਾਬੀ ਫੌਜਣ ਤੇ ਆਹ ਭਾਈ ਨੂੰ ਤਾਂ ਤੁਸੀਂ ਜਾਣਦੇ ਮੋਟਰ ਨੂੰ ਤੇ ਆਹ ਬੂਥੀ ਨੂੰ ਵੀ ਤੁਸੀਂ ਜਾਣਦੇ ਆਹ ਬੂਥੀ ਪਹਿਲੀ ਹੈ ਜਿਹੜੀ ਬੋਲੋ ਕੋ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵੀ ਬੋਲਣਾ ਮੈਂ ਕੈਮਰਾ ਬੰਦ ਹੋ ਜੇ ਤੇ ਹੁਣੇ ਵੇਖਿਆ ਇੱਧਰ ਦੀਆਂ ਉੱਧਰ ਦੀਆਂ ਕਿੰਨੀਆਂ ਹੁਣੇ ਹੋਣ ਦੀਆਂ ਹੁਣ ਇੱਦਾਂ ਬੈਠੀਆਂ ਜਿੱਦਾਂ ਤਾਂ ਤੇਰੀਆਂ ਨੇ ਕਦੇ ਗੱਲ ਹੀ ਨਹੀਂ ਕੀਤੀ ਤੇ ਹੁਣੇ ਹੁਣੇ ਹੋਣ ਦੀਆਂ ਹੁਣੇ ਹੀ ਹੋਣ ਦੀਆਂ ਸੀ ਆਹੋ ਹੋਈ ਮਮਾ ਜੀ ਇੱਧਰ ਨੂੰ ਮੂੰਹ ਕਰੋ ਮੇਰੇ ਪਿੰਡ ਵਾਲੇ ਪਿੰਡ ਵਾਲੇ ਵੇਂਦੇ ਪਿੰਡ ਵਾਲੇ ਵੀ ਆਉਂਦੇ ਵੀਡੀਓ ਚ ਇਹ ਚ ਸੰਗਣ ਵਾਲੀ ਕਿਹੜੀ ਗੱਲ ਆਪਣੀਆਂ ਗੱਲਾਂ ਕਰਨੀਆਂ ਸੁਣਾਓ ਤੁਸੀਂ ਬਾਈ ਭਾਬੀ ਗੱਲਾਂ ਦੇ ਕੋਈ ਕਰਨੀ ਡੇ ਬੜੇ ਦਿਨਾਂ ਬਾਅਦ ਸੁਣਨ ਆਈ ਇੱਥੇ ਬੜੇ ਦਿਨਾਂ ਬਾਅਦ ਨਹੀਂ ਬੜੇ ਮਹੀਨਿਆਂ ਬਾਅਦ ਆਈ ਮਨ ਘੱਟ ਤੋਂ ਘੱਟ ਵੀ ਕਿੰਨੇ 4-5 ਮਹੀਨੇ ਹੋ ਗਏ ਨੇ ਇੱਥੇ ਪਿੰਡ ਆਈ ਤੇ ਇਹ ਕਰਕੇ ਹੁਣ ਦਰਾਣੀ ਜਠਾਣੀਆਂ ਇਕੱਠੀਆਂ ਬੈਠੀਆਂ ਤੇ ਚੁਗਲੀਆਂ ਕੱਢਦੀਆਂ ਹੁਣ ਕੈਮਰਾ ਵੀ ਲੈ ਕੇ ਹਟ ਗਈਆਂ ਚਾਚਾ ਜੀ ਹੁਣ ਤੁਹਾਨੂੰ ਕੁੱਟਣਾ ਜੀ ਹੁਣ ਤੁਸੀਂ ਚਾਚੀ ਨੂੰ ਲੈ ਕੇ ਅੱਗੇ ਆਪੇ ਆ ਜਾਂਦੇ ਰਹੇ ਇਕੱਲੇ ਸੁਣ ਦੇ ਦੁੱਖ ਸੁੱਖ ਸੁਣ ਰਹੇ ਆ ਤੇ ਆਪਣੇ ਸੁਮਨ ਨੂੰ ਸੁਣਾਉਂਦੇ ਆ ਆਹੋ ਅਸੀਂ ਕਿਹਦੀ ਚੁਗਲੀ ਦੀ ਗੱਲ ਬੋਲਦੀਆਂ ਤਾਂ ਹੈ ਨਹੀਂ ਵਿਚਾਰੀਆਂ ਤੇ ਇਹ ਇੰਨਾ ਗੁੰਮ ਰਹਿੰਦੀਆਂ ਗੁੰਮ ਇਹਨਾਂ ਨੇ ਸੰਗ ਪਤਾ ਨਹੀਂ ਕਰਦੀ ਹੈ ਬੰਦੇ ਨਹੀਂ ਸਮਝਦੇ ਹੁਣੇ ਕਹਿੰਦੇ ਸਾਨੂੰ ਵੀਡੀਓ ਚ ਲੈ ਆਹੋ ਅਜੇ ਕਹਿੰਦੀਆਂ ਵੀਡੀਓ ਚ ਕੰਮ ਕਰਦੀ ਪਹਿਲੀ ਵਾਰ ਆਏ ਨਾ ਹਾਂ ਆਵਾਂਗੇ ਬਾਅਦ ਚ ਫਿਰ ਬਾਰ ਬਾਰ ਬੰਨ ਫਿਰ ਅਸੀਂ ਹੋ ਜਾਂਗੇ ਸਭ ਤੋਂ ਪਹਿਲੇ ਵਾਂਗੂ ਵੀ ਆਈ ਹੋ ਪਤਾ ਲੱਗ ਜੂਗਾ ਸਾਨੂੰ ਨਹੀਂ ਹੁੰਦਾ ਹੀ ਪਹਿਲੀ ਚਲੋ ਚੀਰੇ ਗਏ ਗੰਡੇ ਹੁਣ ਕਰੋ ਮੂੰਹ ਇੱਧਰ ਨੂੰ ਮੂੰਹ ਤੇ ਨਾ ਇੱਧਰ ਨੂੰ ਕਰਨਾ ਹੀ ਨਹੀਂ ਤੇ
ਬੈਠੀਆਂ ਜਦੋਂ ਰੁੱਸ ਕੇ ਬੈਠੀਆਂ ਨਹੀਂ ਆਈ ਸੁਮਨ ਵੱਲ ਮੂੰਹ ਕੀਤਾ ਨਾ ਹਾਂ ਸੁਮਨ ਨਾਰਾਜ਼ ਨਾ ਜੇ ਇਹ ਮੈਨੇਜਰ ਬਾਅਦ ਆਈਆਂ ਤਾਂ ਫਿਰ ਵੇਂਦੀਆਂ ਨਹੀਂ